ਮਿਹਰਬਾਨ ਦਰਸ਼ਕ ਸ੍ਰੋਤਿਓ ਅੱਜ ਮੈਂ ਇਹ ਕਾਰਗਰਟ ਪਈ ਜਾਂਦੇ ਪ੍ਰਿੰਸੀਪਲ ਸਰਦਾਰ ਹਰਪ੍ਰੀਤ ਪਾਲ ਸਿੰਘ ਜੀ ਦੇ ਗ੍ਰਹਿ ਵਿਖੇ ਬਿਠਾ ਹਾਂ ਤੇ ਅੱਜ ਇਹਨਾਂ ਦੇ ਗ੍ਰਹਿ ਵਿੱਚ ਇੱਕ ਬੜਾ ਹੀ ਖਾਸ ਮੌਕਾ ਵਾ ਇਹ ਆਪਣੇ ਦਾਦਾ ਜੀ ਸਤਕਾਰਯੋਗ ਜੀਐਸ ਸੋਨ ਸਿੰਘ ਜੀ ਦਾ ਅੱਜ ਵਰਸੀ ਮਨਾ ਰਿਹਾ ਤੇ ਵਰਸੀ ਵੀ ਪੰਜਵੀਂ ਆ 25 ਸਾਲ ਹੋ ਗਏ ਉਹਨਾਂ ਨੂੰ ਇਸ ਸੰਸਾਰ ਤੋਂ ਗੁਰੂ ਚਰਣਾ ਵਿੱਚ ਬਰਾਜਿਆ ਨੂੰ ਤੇ ਇਹ ਇਹਨਾਂ ਦੀ ਬੜੀ ਵੱਡੀ ਇੱਕ ਇਹ ਸੰਦਲੋ ਬਜ਼ੁਰਗਾਂ ਪ੍ਰਤੀ ਸਤਿਕਾਰ ਆ ਸਨਮਾਨ ਆ ਜਿਸ ਤਰ੍ਹਾਂ ਬਾਣੀ 'ਚ ਲਿਖਿਆ ਵਾ ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਇਹ ਉਹ ਸੁਪੁੱਤ ਆ ਜਿਹੜੇ ਕਿ ਆਪਣੇ ਬਜ਼ੁਰਗਾਂ ਦੀ ਸਦੀਵੀ ਯਾਦ ਨੂੰ ਆਪਣੇ ਹਿਰਦੇ 'ਚ ਇਹਨਾਂ ਨੇ ਵਸਾਇਆ ਹੋਇਆ ਵਾ ਤੇ ਉਸ ਨੂੰ ਹਰ ਸਾਲ ਇਹ ਆਪਣਾ ਸਤਿਕਾਰ ਭੇਟ ਕਰਦੇ ਆ ਜੀ ਆ ਸੂਨ ਸਿੰਘ ਸਾਡੇ ਸਿੱਖ ਇਤਿਹਾਸ ਸਿੱਖ ਸਿਧਾਂਤ ਸਿੱਖ ਬਾਣੀ ਨੂੰ ਚਿੱਤਰਨ ਵਿੱਚ ਜੋ ਉਹਨਾਂ ਨੇ ਮੁਹਾਰਤ ਹਾਸਲ ਸੀ ਉਸ ਦਾ ਕੋਈ ਸਾਨੀ ਨਹੀਂਗਾ ਤੇ ਉਹਨਾਂ ਦੇ ਜੋ ਬਣਾਏ ਚਿੱਤਰ ਆ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਆਪਾਂ ਸ਼ੁਰੂ ਕਰ ਲਈਏ ਸ੍ਰੀ ਗੁਰੂ ਨਾਨਕ ਦੇਵ ਜੀ ਦਿਸਬੰਦੀ ਜੋ ਉਹਨਾਂ ਚਿੱਤਰ ਆਰਤੀ ਦਾ ਬਣਾਇਆ ਵਾ ਜੇ ਆਪਾਂ ਉਸ ਨੂੰ ਮਿਹਨਤ ਨਾਲ ਬਰੀਕੀ ਨਾਲ ਉਹ ਚਿੱਤਰ ਨੂੰ ਵੇਖੀਏ ਤਾਂ ਜੋ ਗੁਰੂ ਪਿਤਾ ਨੇ ਸਾਨੂੰ ਆਰਤੀ ਦਾ ਸੰਦੇਸ਼ ਦਿੱਤਾ ਵਾ ਉਹ ਆਸਤੀ ਜਿਹੜੀ ਆ ਉਹ ਪੂਰੀ ਤਰ੍ਹਾਂ ਸਾਡੇ ਸਾਹਮਣੇ ਸਜੀਵ ਹੋ ਜਾਂਦੀ ਆ ਮਾਲਿਆ ਪਰਬਤ ਹੋਣ ਦੀ ਪਰ ਪਾਉਣ ਜਿਹੜੇ ਸਤਾਰੇ ਆ ਇਹ ਜਿਹੜੇ ਆ ਉਹ ਚੰਗੀ ਤਰ੍ਹਾਂ ਸਜੀਵ ਦੇਖਦੇ ਆ ਜੋ ਇਹ ਸੁਗੰਧੀ ਆ ਸਾਨੂੰ ਉਹ ਉਸ ਚਿੱਤਰ ਵਿੱਚ ਉਹ ਸੁਗੰਧੀ ਵੀ ਮਹਿਸੂਸ ਹੁੰਦੀ ਆ ਜੋ ਗੁਰੂ ਸਾਹਿਬ ਨੇ ਸਾਨੂੰ ਦੱਸੀ ਆ ਇਸ ਦਾ ਕਾਰਨ ਇਹ ਕਿ ਇਹਨਾਂ ਨੇ ਇਹ ਸਾਰੇ ਚਿੱਤਰ ਜਿਹੜੇ ਆ ਨਾ ਬੜੀ ਹੀ ਸਦਕ ਦਿਲੀ ਨਾਲ ਆਪਣੀ ਕਲਾ ਦਾ ਸਿਖਰ ਵਿਖਾਉਂਦਿਆਂ ਹੋਇਆ ਬੜੇ ਮਿਹਨ ਤੇ ਬਹੁਤ ਹੀ ਧੀਰ ਨਾਲ ਚਿੱਤਰ ਬਣਾਏ ਆ ਜਿਨ੍ਹਾਂ ਵਿੱਚ ਕਿਸੇ ਕਿਸਮ ਦੀ ਕੋ ਘਾਲ ਨਹੀਂ ਗਈ ਤੇ ਇਸੇ ਕਰਕੇ ਭਾਵੇਂ ਅੱਜ ਤੋਂ ਬੇਸ਼ੱਕ 50 ਸਾਲ ਬਣੇ ਚਿੱਤਰ ਆ ਪਰੰਤੂ ਇਹਨਾਂ ਦੀ ਮਹਾਨਤਾ ਅੱਜ ਵੀ ਉਨੀ ਆ ਫਿਰ ਉਹਨਾਂ ਚਿੱਤਰਾਂ ਦੇ ਵਿੱਚ ਆਪਾਂ ਫੁੱਲ ਵੇਖੀਏ ਪੱਤੀਆਂ ਵੇਖੀਏ ਸ਼ੇਰ ਵੇਖੀਏ ਚੀਤੇ ਵੇਖੀਏ ਇਸ ਤੋਂ ਇਲਾਵਾ ਆਪਾਂ ਜੋ ਵੀ ਇਹ ਕੁਦਰਤ ਦਾ ਨਜ਼ਾਰਾ ਵੇਖੀਏ ਸਾਨੂੰ ਉਸ ਵਿੱਚ ਬਿਲਕੁਲ ਸਾਖਸ਼ਾਹ ਜਿਹੜੀ ਆ ਉਹ ਦਰਸ਼ਨ ਹੁੰਦੇ ਆ ਤੇ ਸਭ ਤੋਂ ਵੱਡੀ ਗੱਲ ਆ ਵੀ ਇਸੇ ਕਲਾ ਨੂੰ ਹੀ ਉਹਨਾਂ ਨੇ ਆਪਣਾ ਰੋਜੀ ਰੋਟੀ ਦਾ ਜਿਹੜਾ ਸੀ ਉਹ ਸਾਧਨ ਬਣਾਇਆ ਸੀ ਭਾਵੇਂ ਕਿ ਬੜਾ ਸੀਮਤ ਸੀ ਇਸ ਕਲਾ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਬਹੁਤ ਕੁਝ ਨਹੀਂ ਸੀਗਾ ਸਿਰਫ ਰੋਟੀ ਪਾਣੀ ਦਾ ਗੁਜ਼ਾਰਾ ਚੱਲਦਾ ਸੀ ਪਰੰਤੂ ਫਿਰ ਵੀ ਇਹਨਾਂ ਨੇ ਸਾਰੀਆਂ ਸਾਵਾਂ ਛੱਡ ਕੇ ਕਲਾ ਕਲਾ ਲਈ ਛੱਡ ਕੇ ਜਿਹੜੀ ਕਲਾ ਸੋਝ ਲਈ ਅਸੂਲ ਸੀ ਉਹ ਇਹਨਾਂ ਨੇ ਅਪਣਾਇਆ ਤੇ ਤਾ ਉਮਰ ਇਹਨਾਂ ਨੇ ਉਸ ਗੱਲ ਤੇ ਪਹਿਰਾ ਦਿੱਤਾ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਸਾਹਿਬ ਗੁਰੂ ਦਸਵੇਂ ਪਾਸ਼ਾ ਕਹਿੰਦੇ ਭਾਵੇਂ ਸਾਰੇ ਗੁਰੂ ਸਾਹਿਬ ਦੇ ਜੋ ਚਿੱਤਰ ਆ ਇਹਨਾਂ ਨੇ ਬਣਾਏ ਉਹ ਲਾਜਵਾਬ ਆ ਇਤਿਹਾਸਕ ਆ ਗੁਰੂ ਅਰਜਨ ਦੇਵ ਜੀ ਦਾ ਜੋ ਸ਼ਹੀਦੀ ਦਾ ਇਹ ਚਿੱਤਰ ਇਹਨਾਂ ਨੇ ਬਣਾਇਆ ਵਾ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਵੇਖ ਕੇ ਤੇ ਮਨ ਸੱਚੀ ਮੁਚੀ ਹੀ ਤਰਲ ਹੋ ਜਾਂਦਾ ਵਾ ਕਿ ਜੋ ਗੁਰੂ ਸਾਹਿਬ ਨੂੰ ਜ਼ੁਲਮ ਦਿੱਤੇ ਗਏ ਉਹ ਬਿਲਕੁਲ ਸਾਖਸ਼ਾਰ ਜਿਹੜੇ ਆ ਸਾਨੂੰ ਉਹਦੇ ਵਿੱਚ ਨਜ਼ਰ ਆਉਂਦੇ ਆ ਗੁਰੂ ਸਾਹਿਬ ਤੋਂ ਬਿਨਾ ਜਿਹੜੀ ਇਹਨਾਂ ਦੀ ਬਹੁਤ ਹੀ ਇੱਕ ਮਨਮੋਹਕ ਤਸਵੀਰ ਆ ਉਹ ਗੁਰੂ ਦਸਵੇਂ ਪਾਤਸ਼ਾਹ ਦੀ ਬਾਲ ਉਮਰ ਦੀ ਆ ਕਿ ਜਦੋਂ ਬਹੁਤ ਛੋਟੀ ਉਮਰ ਚ ਹੁੰਦੇ ਆ ਬਾਲ ਵਸਤਾ ਚ ਹੁੰਦੇ ਆ ਤੇ ਮਾਤਾ ਗੁਜਰੀ ਨੇ ਉਹਨਾਂ ਨੂੰ ਸਤਕਾਰਯੋਗ ਸਾਡੀ ਮਾਤਾ ਜੀ ਚੁੱਕਿਆ ਹੁੰਦਾ ਵਾ ਉਹਨਾਂ ਦੇ ਹੱਥ 'ਚ ਤੀਰ ਆ ਉੱਤੇ ਬਾਹ ਜੁੜਦਾ ਵਾ ਉਹ ਵੀ ਸਾਨੂੰ ਸਾਖਸ਼ਾਤ ਜੜੀਆਂ ਆ ਵਾ ਉਹ ਚੀਜ਼ਾਂ ਦਿਖਾਈ ਦੇਣੀਆਂ ਆ ਤੇ ਦਸਵੇਂ ਪਾਤਸ਼ਾਹ ਦੀ ਜਿਹੜੀ ਚਿੱਤਰ ਆ ਜਿਸ ਵਿੱਚ ਉਹਨਾਂ ਨੇ ਇੱਕ ਹੱਥ 'ਚ ਤਾਂ ਹਲ ਫੜੀ ਆ ਦੂਜੇ ਹੱਥੇ 'ਚ ਉਹਨਾਂ ਨੇ ਸ਼ਮਸ਼ੀਰ ਫੜੀ ਆ ਉਹਨਾਂ ਦਾ ਪ੍ਰਚੰਡ ਰੂਪ ਜਿਹੜਾ ਵਾ ਉਹ ਵੀ ਸਾਨੂੰ ਦਿਖਾਈ ਦਿੰਦਾ ਵਾ ਇਸੇ ਤਰ੍ਹਾਂ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਆ ਸਰਦਾਰ ਜਸਾ ਸਿੰਘ ਰਾਮਗੜੀਆ ਵਾ ਸਰਦਾਰ ਜਸਾ ਸਿੰਘ ਆਲੂ ਵਾਲੀਆ ਵਾ ਮਹਾਰਾਜਾ ਰਣਜੀਤ ਸਿੰਘ ਆ ਇਹਨਾਂ ਦੇ ਜੋ ਚਿੱਤਰ ਆ ਇਹ ਵੀ ਸਿੱਖ ਇਤਿਹਾਸ ਨੂੰ ਸਾਖਸ਼ਾਤ ਕਰਨ ਵਾਲੇ ਜਿਹੜੇ ਆ ਉਹ ਸਾਡੇ ਸਾਹਮਣੇ ਹੈਗੇ ਆ ਮਹਾਰਾਜਾ ਰਣਜੀਤ ਸਿੰਘ ਜਦੋਂ ਸ੍ਰੀ ਹਰਮੰਦਰ ਸਾਹਿਬ ਆਉਂਦੇ ਸੀ ਤੇ ਉਸ ਵੇਲੇ ਦੀ ਤਸਵੀਰ ਇਹਨਾਂ ਨੇ ਭਾਵੇਂ ਬੇਸ਼ੱਕ ਆਪਣੀ ਕਲਪਨਾ ਨਾਲ ਕਲਪਨਾ ਨਾਲ ਬਣਾਏ ਆ ਆਪਣੇ ਇਮੇਜਿਨੇਸ਼ਨ ਦੇ ਨਾਲ ਬਣਾਏ ਆ ਪਰ ਕੀ ਬਾਤ ਆ ਵੇਖ ਕੇ ਇੱਕ ਮਜ਼ਾ ਆ ਜਾਂਦਾ ਵਾ ਰੂਹ ਨੂੰ ਤਸਕੀਨ ਮਿਲਦੀ ਆ ਵੀ ਇਹ ਏਡੇ ਸਾਡੇ ਮਹਾਨ ਚਿੱਤਰਕਾਰ ਹੋਏ ਆ ਇਹ ਜਿਹੜੇ ਸਰਦਾਰ ਜੀਐਸ ਸੋਹਣ ਸਿੰਘ ਸੀ ਇਹਨਾਂ ਦਾ ਨਾਂ ਦੇ ਸੋਹਣ ਸਿੰਘ ਸੀ ਪਰੰਤੂ ਜਿਹੜਾ GS ਇਹਨਾਂ ਦੇ ਨਾਲ ਨਾਂ ਲੱਗਾ ਵਾ ਉਹ ਇਹਨਾਂ ਦੇ ਜਿਹੜੇ ਸਤਕਾਰਯੋਗ ਪਿਤਾ ਸੀ ਭਾਈ ਗਿਆਨ ਸਿੰਘ ਜੀ ਨਕਾਸ਼ ਉਹਨਾਂ ਦਾ ਇਹਨਾਂ ਨੇ ਸੰਖੇਪ ਨਾਂ ਆਪਣੇ ਨਾਂ ਨਾਲ ਸਦੀਵੀ ਤੌਰ ਤੇ ਜੋੜ ਦਿੱਤਾ ਵਾ ਜਿਹੜੇ ਭਾਈ ਗਿਆਨ ਸਿੰਘ ਨਕਾਸ਼ ਸੀ ਉਹਨਾਂ ਦੀ ਵੀ ਜੇ ਆਪਾਂ ਗੱਲ ਕਰੀਏ ਤੇ ਉਹਨਾਂ ਦੀ ਦੇਣ ਵੀ ਜਿਹੜੀ ਆ ਉਹ ਬਹੁਮੁੱਲੀ ਇਤਿਹਾਸਕ ਧਾਰਮਿਕ ਤੇ ਸੋਹਜਾ ਸੋਜਨਾਤਮਕ ਆ ਭਾਈ ਗਿਆਨ ਸਿੰਘ ਨਕਾਸ਼ ਏਡੇ ਮਹਾਨ ਨਕਾਸ਼ ਸੀ ਜਿਨ੍ਹਾਂ ਨੇ ਆ ਤਾ ਉਮਰ ਸ੍ਰੀ ਹਰਮੰਦਰ ਸਾਹਿਬ ਦੀਆਂ ਛੱਤਾਂ ਦੀਵਾਰਾਂ ਮਹਿਰਾਬਾਂ ਤੇ ਜੋ ਉਥੇ ਉਹਨਾਂ ਨੇ ਨਕਾਸ਼ੀ ਕੀਤੀ ਆ ਉਸ ਨਾਲ ਹਰਮੰਦਰ ਸਾਹਿਬ ਦੀ ਦਿੱਖ ਜਿਹੜੀ ਆ ਉਹ ਗੁਰੂ ਸਾਹਿਬ ਵੱਲੋਂ ਜੋ ਚਿਤਵਿਆ ਗਿਆ ਸੀ ਉਸ ਤੇ ਉਹ ਪੂਰੇ ਉਤਰਦੇ ਆ ਜੇ ਆਪਾਂ ਭਾਈ ਗਿਆਨ ਸਿੰਘ ਨਕਾਸ਼ਵਰਾਂ ਦੀ ਨਕਾਸ਼ੀ ਦੀ ਗੱਲ ਆਪਾਂ ਕਰੀਏ ਤਾਂ ਇਹ ਸਦਾ ਜਿਹੜਾ ਪਸ਼ੋਕੜਿਆ ਇਹ ਸਾਡੇ ਸਿੱਖ ਰਾਜ ਦੇ ਮਹਾਨ ਇਹ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਜਾ ਜੁੜਦਾ ਵਾ ਮਹਾਰਾਜਾ ਰਣਜੀਤ ਸਿੰਘ ਦੀ ਜੋ ਹਰਮੰਦਰ ਸਾਹਿਬ ਪ੍ਰਤੀ ਅੰਮ੍ਰਿਤਸਰ ਪ੍ਰਤੀ ਜਿਹੜੀ ਸ਼ਰਧਾ ਸੀ ਉਹ ਕਿਸੇ ਤੋਂ ਛੁਪੀ ਹੋਈ ਨਹੀਂ ਹੈ ਜੇ ਨਵਾਬ ਹైదరాబాద్ ਨੇ ਇੱਕ ਬਹੁਤ ਹੀ ਕੀਮਤੀ ਸੋਨੇ ਚਾਂਦੀ ਦੀ ਤਾਰਾਂ ਨਾਲ ਹੀਰੇ ਮੋਤੀਆਂ ਨਾਲ ਜੜੀਆਂ ਨਾਲ ਜੜੀਆਂ ਜੜੀਆਂ ਜਿਹੜੀ ਚਾਂਦਨੀ ਪੇਸ਼ ਕੀਤੀ ਸੀ ਤਾਂ ਉਹਨੇ ਆਖਿਆ ਨਹੀਂ ਇਹ ਮੈਂ ਇਸ ਚਾਨਣੀ ਦੇ ਥੱਲੇ ਆਪਣਾ ਦਰਬਾਰ ਲਗਾਉਣ ਦੇ ਕੰਮ ਯੋਗ ਨਹੀਂਗਾ ਇਹ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਭੇਜ ਦਿੱਤੀ ਜਾਵੇ ਇਸੇ ਤਰ੍ਹਾਂ ਜੇ ਕਵਰ ਨੌਨਿਹਾਲ ਸਿੰਘ ਦਾ ਸਿਰ ਜਿਹੜਾ ਸੀ ਹੀਰਿਆ ਮੋਤੀਆਂ ਸੋਨੇ ਦੀਆਂ ਤਾਰਾਂ ਨਾਲ ਬਣਿਆ ਹੋਇਆ ਸੀ ਉਹ ਵੀ ਹਰਮੰਦਰ ਸਾਹਿਬ ਭੇਜ ਦਿੱਤਾ ਜੇ ਲਾਹੌਰ ਵਿੱਚ ਸ਼ਾਲਾਮਾਰ ਬਾਗ ਸੀ ਉਸ ਬਾਗ ਕਰ ਦਿੱਤੇ ਅੰਮ੍ਰਿਤਸਰ ਵਿੱਚ ਗੁਰੂ ਰਾਮਦਾਸ ਜੀ ਨੂੰ ਸਮਰਪਿਤ ਗੁਰੂ ਰਾਮ ਬਾਗ ਬਣਾਇਆ ਜਿਸ ਨੂੰ ਅੱਜ ਕੱਲ ਕੰਪਨੀ ਬਾ ਕਹਿੰਦੇ ਆ ਕਿਲਾ ਗੁਬਿੰਦਗੜ ਬਣਾਇਆ ਕਿਲਾ ਆਲੂ ਵਾਲੀਏ ਦੇ ਵਿੱਚ ਉਹਨਾਂ ਨੇ ਬਹੁਤ ਮਾਰਵਾੜੀ ਜੜੇ ਹੈਗੇ ਸੀ ਵਪਾਰੀ ਉਹ ਵਸਾਏ ਤੇ ਜਿਹੜੀ ਆਪਾਂ ਹੁਣ ਆਪਣੇ ਪੁਆਇੰਟ ਤੇ ਆਉਨੇ ਆ ਵੀ ਉਹਨਾਂ ਨੇ ਲਾਹੌਰ ਵਿੱਚ ਜਿਹੜਾ ਮਹੱਲ ਸੀ ਉਸ ਨੂੰ ਸ਼ਾਨਦਾਰ ਬਣਾਉਣ ਵਾਸਤੇ ਸੋ ਜਦ ਉਸ ਦੀ ਸ਼ਾਨ ਵਿੱਚ ਵਾਧਾ ਕਰਨ ਵਾਸਤੇ ਉਹਨਾਂ ਨੇ ਨਕਾਸ਼ੀ ਦਾ ਕੰਮ ਸ਼ੁਰੂ ਕਰਾਇਆ ਉਹ ਨਕਾਸ਼ੀ ਸਰਦਾਰ ਕੇਰ ਸਿੰਘ ਜਦੋਂ ਉਹਨਾਂ ਨੇ ਕੇਰ ਸਿੰਘ ਦਾ ਸਿਖਰ ਦਾ ਕੰਮ ਵੇਖਿਆ ਤੇ ਉਹਨੇ ਆਖਿਆ ਵੀ ਕੇਰ ਸਿੰਘ ਇਹ ਜਿਹੜੀ ਸ਼ਾਨ ਆ ਸ਼ੌਕਤ ਆ ਇਹ ਮੇਰੇ ਮਹੱਲਾ ਦੀ ਨਹੀਂ ਇਹ ਗੁਰੂ ਰਾਮਦਾਸ ਜੀ ਦੇ ਦਰਬਾਰ ਦੀ ਚਾਹੀਦੀ ਆ ਤੁਸੀਂ ਅੰਮ੍ਰਿਤਸਰ ਜਾਓ ਤੇ ਹਰਮੰਦਰ ਸਾਹਿਬ ਦੀਆਂ ਜਿਹੜੀਆਂ ਕੰਧਾਂਾਂ ਦੀਵਾਰਾਂਾਂ ਮਹਿਰਾਬਾਂਾਂ ਉਹਨਾਂ ਤੇ ਜਾ ਕੇ ਤੁਸੀਂ ਇਹ ਨਕਾਸ਼ੀ ਕਰੋ ਤਾਂ ਉਹਨਾਂ ਦੇ ਹੁਕਮ ਦਾ ਵਾਧਾ ਕੇਰ ਸਿੰਘ ਜਿਹੜਾ ਸੀ ਉਹ ਹਰਮੰਦਰ ਸਾਹਿਬ ਨਕਾਸ਼ੀ ਕਰਨ ਲੱਗਾ ਕਰਨ ਰਹਿ ਪਿਆ ਤੇ ਜਦ ਹਰਮੰਦਰ ਸਾਹਿਬ ਦੀ ਸ਼ਾਨ ਵਿੱਚ ਕਈ ਗੁਣਾ ਜਿਹੜਾ ਸੀ ਵਾਧਾ ਹੋਇਆ ਤੇ ਉਹਨਾਂ ਦੇ ਪੁੱਤਰ ਸੀ ਸਰਦਾਰ ਵਿਸ਼ਨ ਸਿੰਘ ਕੇਰ ਸੇ ਤੋਂ ਬਾਅਦ ਇਹ ਵਿਰਾਸਤ ਆ ਗਈ ਬਿਸ਼ਨ ਸਿੰਘ ਵਰਾ ਕੋਲ ਤੇ ਬਿਸ਼ਨ ਸਿੰਘ ਦੇ ਪੁੱਤਰ ਸੀ ਸਰਦਾਰ ਜਵਾਰ ਸਿੰਘ ਤੇ ਨਿਹਾਲ ਸਿੰਘ ਇਹ ਫਿਰ ਕਲਾ ਉਹ ਪੀੜੀ ਦਾਰ ਪੀੜੀ ਸਮਝ ਲਓ ਪਰਿਵਾਰਕ ਤੁਰੀ ਆਈ ਤੇ ਜਦੋਂ ਉਹਨਾਂ ਨੇ ਕੰਮ ਵਿੱਚ ਵਾਧਾ ਕੀਤਾ ਤੇ ਉਹਨਾਂ ਨੂੰ ਵੀ ਲੋੜ ਮਹਿਸੂਸ ਹੋਈ ਤੇ ਫਿਰ ਉਹਨਾਂ ਨੇ ਸਵਾਵਾਂ ਲਈਆਂ ਭਾਈ ਗਿਆਨ ਸਿੰਘ ਨਕਾਸ਼ਵਰ ਹੰਦਿਆ ਭਾਈ ਗਿਆਨ ਸਿੰਘ ਨਕਾਸ਼ ਨੇ ਬੇਸ਼ੱਕ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਹਾਂ ਕਿ ਇਹਨਾਂ ਕਲਾ ਦੇ ਕੰਮ ਵਿੱਚ ਬਹੁਤ ਕਮਾਈ ਨਹੀਂ ਹੁੰਦੀ ਸਿਰਫ ਜੀਵਨ ਦਾ ਬਸਰੀ ਮਸਾ ਹੁੰਦਾ ਵਾ ਪਰੰਤੂ ਉਹ ਉਸ ਵੇਲੇ ਦੇ ਲੋਕ ਬੜੇ ਸਬਰ ਵਾਲੇ ਸੀ ਸਿੱਧਕ ਵਾਲੇ ਸੀ ਗੁਰੂ ਦੀ ਖੁਸ਼ੀ ਹਾਸਲ ਕਰਕੇ ਉਹਨਾਂ ਨੂੰ ਆਪਣੀ ਖੁਸ਼ੀ ਹਾਸਲ ਹੁੰਦੀ ਸੀ ਉਹਨਾਂ ਨੇ ਸਾਰੀ ਉਮਰ ਹਰਮੰਦਰ ਸਾਹਿਬ ਦੀਆਂ ਜੜੀਆਂ ਦੀਵਾਰਾਂ ਸੀ ਕੰਧਾਂ ਸੀ ਛੱਤਾਂ ਸੀ ਮਹਿਰਾਬਾਂ ਸੀ ਉਹਨਾਂ ਤੇ ਉਹਨਾਂ ਨੇ ਨਕਾਸ਼ੀ ਕੀਤੀ ਤੇ ਉਹ ਜਿਹੜੀ ਸਰਦਾਰ ਗਿਆਨ ਸਿੰਘ ਵਰ ਵਿੱਚ ਕਲਾ ਸੀ ਕੁਦਰਤੀ ਕਲਾ ਸੀ ਜਿਹੜੀ ਉਹ ਫਿਰ ਉਹਨਾਂ ਦੇ ਗਾਂ ਜਿਹੜਾ ਪੁੱਤਰ ਸੀ ਇਹ ਸਰਦਾਰ ਸੋਹਣ ਸਿੰਘ ਉਹਨਾਂ ਦੇ ਵਿੱਚ ਆਈ ਜਿਨ੍ਹਾਂ ਦੀ ਇਹ ਚਿੱਤਰਕਾਰੀ ਦਾ ਆਪਾਂ ਇਹ ਜ਼ਿਕਰ ਕਰ ਚੁੱਕੇ ਆਂ ਪੀ ਉਹਨਾਂ ਨੇ ਇਹ ਕਲਾ ਦੀਆਂ ਸਿਖਰਾਂ شوਈਆਂ ਕਲਾ ਵਿੱਚ ਬਲਖਣ ਨਾਮ ਪੈਦਾ ਕੀਤਾ ਤੇ ਉਸ ਵੇਲੇ ਦੀਆਂ ਜਿਹੜੀਆਂ ਮਹਾਨ ਸ਼ਖਸੀਅਤਾਂ ਸੀ इवन ਕੇ ਭਾਰਤ ਦੇ ਰਾਸ਼ਟਰਪਤੀ ਨੇ ਵੀ ਉਹਨਾਂ ਨੂੰ ਇੱਕ ਸੋਭਾ ਪੱਤਰ ਜਿਹੜਾ ਸੀ ਉਹਨਾਂ ਨੇ ਦਿੱਤਾ ਸੀ ਸਰਦਾਰ ਸੂਨ ਸਿੰਘ ਵਰਾਂ ਦੇ ਦੋ ਸੁਪੁੱਤਰ ਇੱਕ ਭਾਈ ਸੁਰਿੰਦਰ ਸਿੰਘ ਜੀ ਤੇ ਦੂਸਰੇ ਭਾਈ ਸਤਪਾਲ ਸਿੰਘ ਜਿਨ੍ਹਾਂ ਨੇ ਆਪਣਾ ਨਾਮ ਮੁੜ ਕੇ ਰੱਖਿਆ ਸਤਪਾਲ ਸਿੰਘ ਦਾਨਸ਼ ਤੇ ਸਰਿੰਦਰ ਸਿੰਘ ਜਿਹੜੇ ਸੀ ਉਹ ਉਹਨਾਂ ਨੇ ਜੋ ਉਹਨਾਂ ਦੇ ਬਾਪ ਦੀ ਕੀਤੀ ਹੋਈ ਕਲਾ ਕਮਾਈ ਸੀ ਉਸ ਕਮਾਈ ਨੂੰ ਉਹਨਾਂ ਨੇ ਸੰਭ ਕੇ ਰੱਖਿਆ ਉਹ ਬਲੌਗ ਮੇਲਿੰਗ ਬਲੌਗ ਮੇਕਿੰਗ ਵਿੱਚ 컬러 ਫੋਟੋਗ੍ਰਾਫੀ ਵਿੱਚ ਨੈਗੇਟਿਵ ਡਿਵੈਲਪਿੰਗ ਵਿੱਚ 컬러 ਪੋਜ਼ਿਟਿਵ ਡਿਵੈਲਪਿੰਗ ਵਿੱਚ ਤੇ ਆਫਸੈਟ ਆਫਸੈਟ ਪ੍ਰਿੰਟਿੰਗ ਦੇ ਵਿੱਚ ਬਹੁਤ ਮੁਹਾਰਤ ਹਾਸਲ ਕਰਦੇ ਸੀ ਤੇ ਉਹਨਾਂ ਨੇ ਆਪਣੇ ਸਤਕਾਰਯੋਗ ਪੂਜਨੀਕ ਪਿਤਾ ਜੀ ਆ ਸੋਹਣ ਸਿੰਘ ਦੀ ਜਿਹੜੀ ਕਲਾ ਕਿਰਤਾ ਸੀ ਉਹਨਾਂ ਨੂੰ ਉਹਨਾਂ ਨੇ ਸਾਂਭ ਕੇ ਨਹੀਂ ਰੱਖਿਆ ਬਲਕਿ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਵਾਸਤੇ ਉਹਨਾਂ ਨੇ ਇੱਕ ਜੋ ਮਸ਼ੀਨਰੀ ਸੀ ਉਹ ਦਰਬਾਰ ਸਾਹਿਬ ਦੇ ਲੱਗੇ ਜੋ ਬ੍ਰੰਭੂਟਾ ਮਾਰਕੀਟ ਆ ਉਸ ਵਿੱਚ ਉਹਨਾਂ ਦੁਕਾਨ ਦੇ ਵਿੱਚ ਉਹਨਾਂ ਨੇ ਉਹ ਕੰਮ ਸ਼ੁਰੂ ਕੀਤਾ ਤੇ ਉਹਨਾਂ ਨੇ ਇਹ ਕੰਮ ਜਿਹੜਾ ਸ਼ੁਰੂ ਕੀਤਾ ਵਧਾਇਆ ਦੁਨੀਆ ਤੱਕ ਉਹ ਕਲਾ ਨੂੰ ਉਹਨਾਂ ਨੇ ਫਲਾਇਆ ਤੇ ਨਾਲ ਉਹਨਾਂ ਨੇ ਆਪਣੇ ਛੋਟੇ ਭਾਈ ਜਿਹੜੇ ਸੀ ਸਤਪਾਲ دانش ਜੀ ਉਹਨਾਂ ਦੀ ਵੀ ਉਂਗਲ ਫੜ ਕੇ ਉਹਨਾਂ ਨੇ ਇਸ ਖੇਤਰ ਦੇ ਵਿੱਚ ਉਹਨਾਂ ਨੇ ਹਰ ਤਰ੍ਹਾਂ ਦੀ ਮੁਹਾਰਤ ਹਾਸਲ ਮੁਹਾਰਤ ਹਾਸਲ ਕੀਤੀ ਭਾਈ ਸਤਪਾਲ دانش ਜਿਹੜੇ ਆ ਉਹ ਫੋਟੋਗ੍ਰਾਫੀ ਵਿੱਚ ਬਹੁਤ ਮੁਹਾਰਤ ਹਾਸਲ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਜੋ ਵੀ ਮੋਰਚੇ ਲੱਗਦੇ ਰਹਿ ਜਾਂ ਜੋ ਵੀ ਉੱਥੇ ਪ੍ਰਮੁੱਖ ਹਸਤੀਆਂ ਜਿਹੜੀਆਂ ਆ ਉਹਨਾਂ ਸਾਰਿਆਂ ਦੀ ਫੋਟੋਗ੍ਰਾਫੀ ਭਾਈ ਸੱਤਪਾਲ ਸਿੰਘ ਦਾਨਿਸ਼ ਕਰਦੇ ਸੀ ਤੇ ਉਹਨਾਂ ਦੀ ਜੋ ਡਿਵੈਲਪਿੰਗ ਸੀ ਉਹਨਾਂ ਨੂੰ ਜੋ ਫਾਈਨਲ ਰੂਪ ਦਿੰਦੇ ਸੀ ਉਹਨਾਂ ਨੂੰ ਜੋ ਵਿਲਖਣ ਰੂਪ ਦੇ ਕੇ ਖਿਜ ਭਰਪੂਰ ਬਣਾਉਂਦੇ ਸੀ ਉਹ ਸੀ ਸਰਦਾਰ ਸੁਰਿੰਦਰ ਸਿੰਘ ਸਰਦਾਰ ਸੁਰਿੰਦਰ ਸਿੰਘ ਵੀ ਇਸ ਵੇਲੇ ਦੁਨੀਆ ਤੇ ਨਹੀਂ ਰਹਿ ਉਹ ਵੀ ਅਕਾਲ ਪੁਰਖ ਦੇ ਚਰਨਾਂ 'ਚ ਜਾ ਬਰਾਜੇ ਆ ਤੇ ਇਸ ਵੇਲੇ ਸਰਦਾਰ ਸੁਰਿੰਦਰ ਸਿੰਘ ਦੇ ਸੁਪੁੱਤਰ ਪ੍ਰਿੰਸੀਪਲ ਹਰਪ੍ਰੀਤ ਪਾਲ ਸਿੰਘ ਤੇ ਸਰਦਾਰ ਹਰਪ੍ਰੀਤਪਾਲ ਸਿੰਘ ਦਾ ਸੁਪੁੱਤਰ ਭਾਈ تنویر ਸਿੰਘ ਜਿਹੜੇ ਆ ਇਹ ਫੇਰ ਆਪਣੇ ਬਜ਼ੁਰਗਾਂ ਦੀ ਜੋ ਕਲਾਵਾ ਉਸ ਨੂੰ ਇਹ ਅੱਗੇ ਪ੍ਰਮੋਟ ਕਰ ਰਹੇ ਆ ਦੁਨੀਆ ਤੱਕ ਪਹੁੰਚਾ ਰਹੇ ਆ ਤਾਂ ਕਿ ਇਸ ਵੇਲੇ ਤੇ ਸੰਸਾਰ ਦੇ ਵਿੱਚ ਜੋ ਇਹ ਕਲਾ ਜਿਹੜੀ ਆ ਉਹ ਬੜੀ ਛੇਤੀ ਛੇਤੀ ਫੈਲਦੀ ਆ ਸੋਸ਼ਲ ਮੀਡੀਆ ਰਾਹੀਂ ਜਾਂ ਹੋਰ ਜਿਹੜੇ ਅੱਜ ਕੱਲ ਦੇ ਸੰਚਾਰ ਦੇ ਸਾਧਨ ਆਏ ਆ ਇਹ ਉਹਨਾਂ ਦੀਆਂ ਕਲਾਵਾਂ ਜਿਹੜੀਆਂ ਵਾਂ ਉਹਨਾਂ ਦੀਆਂ ਕਿਰਤਾਂ ਜਿਹੜੀਆਂ ਵਾਂ ਉਹਨਾਂ ਨੂੰ ਸਿੱਖ ਸੰਗਤ ਅੱਗੇ ਪਹੁੰਚਾ ਕੇ ਤੇ ਉਹਨਾਂ ਨੂੰ ਗੁਰੂ ਘਰ ਦੇ ਨਾਲ ਜੋੜ ਰਿਆ ਸਿੱਖ ਇਤਿਹਾਸ ਤੋਂ ਜਾਣੂ ਕਰਵਾ ਰਿਆ ਤੇ ਇਸ ਕਰਕੇ ਇਹ ਇਹਨਾਂ ਦੀ ਇੱਕ ਖਾਸ ਬਹੁਤ ਹੀ ਵੱਡੀ ਗੱਲ ਆ ਕਿ ਇਹਨਾਂ ਨੇ ਆਪਣੇ ਬਜ਼ੁਰਗਾਂ ਦਾ ਸਿਰਫ ਖਜ਼ਾਨਾ ਨਹੀਂ ਸੰਭਾਇਆ ਬਜ਼ੁਰਗਾਂ ਪ੍ਰਤੀ ਜੋ ਸਤਕਾਰ ਆ ਸਨਮਾਨ ਆ ਜੋ ਇੱਜ਼ਤ ਆ ਉਸ ਉਹ ਵੀ ਇਹਨਾਂ ਰਿਦ ਦੇ ਵਸਾਈ ਹੋਈ ਆ ਜਿਸ ਦਾ ਇਹ ਪ੍ਰਤੱਖ ਆ ਕਿ ਅੱਜ ਜੀਐਸ ਸਿੰਘ ਭਰਾਵਾਂ ਦੀ ਪੰਜਵੀਂ ਵਰਸੀ ਜੜੀ ਆ 50 ਸਾਲ ਹੋ ਗਏ ਉਹਨਾਂ ਨੂੰ ਸੰਸਾਰ ਤੋਂ ਗਿਉ ਸਦੀ ਦਾ ਚੌਥਾ ਹਿੱਸਾ ਤੇ ਇਹ ਨਿਰੰਤਰ ਉਹਨਾਂ ਦੀ ਯਾਦ ਵਿੱਚ ਪਹਿਲਾਂ ਆਪਣੇ ਗ੍ਰਹਿ ਵਿਖੇ ਸਹਿਜ ਬਾਠ ਸਾਹਿਬ ਦਾ ਬਾਠ ਕਰਦੇ ਆ ਬਾਠ ਵੀ ਆਪ ਕਰਦੇ ਆ ਇਸ ਕਰਕੇ ਮੈਂ ਇਹਨਾਂ ਦੀ ਜੋ ਆਪਣੇ ਬਜ਼ੁਰਗਾ ਪ੍ਰਤੀਸ਼ਤ ਕਾਰਿਆ ਸਨਮਾਨਿਆ ਉਸ ਨੂੰ ਆਪਣਾ ਸਨਮਾਨ ਪੇਟ ਕਰਦਾ ਵਾਂ ਤੇ ਮੇਰਾ ਖਿਆਲ ਆ ਵੀ ਸਾਰੇ ਦਰਸ਼ਕ ਜੜੇ ਆ ਉਹ ਸਦਾ ਜੀਐਸ ਹੌਣ ਸਿੰਘ ਭਰਾਦਿਆ ਕਲਾਕਾਰਤਾ ਜਿਹੜੀਆਂ ਆ ਵੇਖ ਕੇ ਉਹਨਾਂ ਨੂੰ ਹੋਰ ਉਹਨਾਂ ਨੂੰ ਸ਼ਾਬਾਸ਼ ਦੇਣਗੇ ਪ੍ਰਮੋਟ ਕਰਨਗੇ ਤੇ ਉਹਨਾਂ ਦੀ ਜਿਹੜੀ ਕਲਾ ਉਸ ਦੇ 파ਕ ਹੁੰਦੇ ਆ ਆ ਉਹਦੀ ਪੂਰੀ ਕੀਮਤ ਪਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ